ਇੰਡੀਅਨ ਬੁਆਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਨਵਦੀਪ। ਤੁਹਾਨੂੰ ਯਾਦ ਹੋਏਗਾ 2020 ਦੇ ਵਿੱਚ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰ ਰਹੀਆਂ ਸਨ ਤਾਂ ਸ਼ੰਭੂ ਬਾਰਡਰ ਦੇ ਉੱਤੇ ਜੋ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਜਾ ਰਹੀਆਂ ਸੀ ਉਸ ਵਾਟਰ ਕੈਨਨ ਦੇ ਉੱਤੇ ਚੜ੍ਹ ਕੇ ਉਸਦਾ ਮੂੰਹ ਮੋੜ ਦਿੱਤਾ ਸੀ ਨਵਦੀਪ ਨੇ। ਇਸ ਕਰਕੇ ਨਵਦੀਪ ਵਾਟਰ ਕੈਨਨ ਵਾਲਾ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਬਾਲਾ ਪੁਲਿਸ ਨੇ ਨਵਦੀਪ ਨੂੰ ਗ੍ਰਿਫਤਾਰ ਕੀਤਾ ਸੀ ਔਰ ਨਵਦੀਪ ਦੀ ਰਿਹਾਈ ਦੇ ਲਈ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਗਿਆ ਸੀ। ਖੈਰ ਹਾਈਕੋਰਟ ਪਹੁੰਚ ਗਿਆ ਸੀ ਪੂਰਾ ਮਾਮਲਾ ਤੇ ਹੁਣ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ ਔਰ ਜ਼ਮਾਨਤ ਦਿੱਤੀ ਹੈ ਹਾਈਕੋਰਟ ਦੇ ਵੱਲੋਂ ਅੰਬਾਲਾ ਪੁਲਿਸ ਦੇ ਵੱਲੋਂ ਜੋ ਗ੍ਰਿਫਤਾਰੀ ਨਵਦੀਪ ਦੀ ਹੋਈ ਸੀ ਔਰ ਹਾਈਕੋਰਟ ਨੇ ਨਵਦੀਪ ਨੂੰ ਜ਼ਮਾਨਤ ਦੇ ਦਿੱਤੀ। ਤਾਂ ਵਾਟਰ ਕੈਨਨ ਬੁਆਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਨਵਦੀਪ ਔਰ ਕਿਸਾਨੀ ਜਥੇਬੰਦੀਆਂ ਦੇ ਨਾਲ ਜਾਂ ਕਿਸਾਨੀ ਜਿਹੜੇ ਸੰਘਰਸ਼ ਪਿਛਲੇ ਕੁਝ ਸਮੇਂ ਦੇ ਵਿੱਚ ਹੋਏ ਨੇ ਪ੍ਰਦਰਸ਼ਨ ਉਹਨਾਂ ਦੇ ਵਿੱਚ ਬਹੁਤ ਅਹਿਮ ਭੂਮਿਕਾ ਰਹੀ ਹੈ ਨਵਦੀਪ ਦੀ, ਹਮੇਸ਼ਾ ਤੋਂ ਐਕਟਿਵ ਨਜ਼ਰ ਆਇਆ। ਰੁੱਖ ਕਰਦੇ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਸਾਡੇ ਨਾਲ ਨੇ। ਉਮੇਸ਼, ਪੂਰੇ ਮਾਮਲੇ ਥੋੜ੍ਹਾ ਦੱਸੋ, ਹਾਈਕੋਰਟ ਦੇ ਵੱਲੋਂ ਕੀ ਕਿਹਾ ਗਿਆ ਤੇ ਅੰਬਾਲਾ ਪੁਲਿਸ ਨੇ ਗ੍ਰਿਫਤਾਰ ਕਿਹੜੇ ਮਾਮਲੇ 'ਚ ਕੀਤਾ ਹੋਇਆ ਸੀ? ਦੇਖੋ, ਮਾਮਲਾ ਉਹੀ ਹੈ ਨਵਦੀਪ ਜਲਵੇੜੇ ਦੇ ਉੱਤੇ, ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਪੁਲਿਸ ਨੇ ਐਫ ਆਈ ਆਰ ਕੀਤੀ। ਸਾਨੂੰ ਯਾਦ ਆਉਣਾ 21 ਲੋਕਾਂ ਦੇ ਖਿਲਾਫ, ਨਵਦੀਪ ਸਮੇਤ 21 ਲੋਕਾਂ ਦੇ ਖਿਲਾਫ ਐਫ ਆਈ ਆਰ ਸੀਗੀ। ਨਵਦੀਪ ਵੀ ਉਹਦੇ ਵਿੱਚ ਮੇਨ ਐਕਿਊਜ਼ ਬਣਾਇਆ ਗਿਆ ਸੀਗਾ ਕਿ ਪੁਲਿਸ ਦੇ ਨਾਲ ਜੋ ਵੀ ਉੱਥੇ ਹਾਲਾਤ ਹੋਏ ਨੇ ਜਾਂ ਭੜਕਾਉਣ ਦੇ। ਔਰ ਨਵਦੀਪ ਦੇ ਮਾਮਲੇ ਨੂੰ ਲੈ ਕੇ ਤੁਹਾਨੂੰ ਯਾਦ ਹੋਣਾ, ਗੌਰਵ, ਕਿਸਾਨ ਆਗੂਆਂ ਨੇ ਵੀ ਐਲਾਨ ਕੀਤਾ ਹੋਇਆ ਸੀਗਾ ਕਿ ਅੰਬਾਲਾ ਡੀ ਐਸ ਪੀ ਨੂੰ ਘੇਰਾਂਗੇ ਤੇ ਉਹਦੀ ਜ਼ਮਾਨਤ ਵੀ ਪਾਈ ਹੋਈ ਸੀ। ਔਰ ਹਲੇ ਹਾਈਕੋਰਟ ਨੇ ਕੀ ਕਿਹਾ, ਕਿਉਂਕਿ ਹਲੇ ਜਸਟ ਆਰਡਰ ਆਉਣਾ ਬਾਕੀ ਹੈ, ਸਿਰਫ ਸੁਣ ਕੇ ਜਿਹੜਾ ਇੱਕ ਹੁੰਦਾ ਨਾ ਸਟੇਟਸ ਵੀ ਅਲਾਊ ਹੋ ਗਿਆ, ਰੈਗੂਲਰ ਬੇਲ ਹੈ, ਯਾਨੀ ਕਿ ਅਲਾਊਡ ਦਾ ਆ ਗਿਆ। ਇਹਦਾ ਮਤਲਬ ਹੁੰਦਾ ਕਿ ਜਿਹੜੀ ਮੰਗ ਸੀਗੀ ਉਹਨਾਂ ਦੇ ਵਕੀਲ ਦੀ ਵੀ ਜ਼ਮਾਨਤ ਦਿੱਤੀ ਜਾਵੇ ਉਹ ਹੋ ਗਈ ਹੈ। ਔਰ ਇਹੀ ਆਰਗੂਮੈਂਟ ਸੀਗਾ ਕਿ ਬਾਕੀ ਲੋਕਾਂ ਦੀ ਉਹਦੇ ਵਿੱਚ ਮਾਮਲੇ ਵਿੱਚ ਜ਼ਮਾਨਤ ਹੋਈ ਹੈ ਤਾਂ ਨਵਦੀਪ ਦੀ ਵੀ ਹੋਣੀ ਚਾਹੀਦੀ ਹੈ। ਲੇਕਿਨ ਜਦੋਂ ਡਿਟੇਲ ਆਰਡਰ ਆਏਗਾ ਗੌਰਵ, ਉਹਦੇ ਵਿੱਚ ਪਤਾ ਚੱਲੇਗਾ ਕਿ ਕੋਰਟ ਨੇ ਕੀ ਅਬਜ਼ਰਵ ਕੀਤਾ, ਕੋਰਟ ਦੀ ਕੀ ਟਿੱਪਣੀ ਸੀ, ਕਿਵੇਂ ਰਿਆਤ ਹੋਣੀ ਸੀ। ਜੀ, ਮੈਂ ਦੋ ਚੀਜ਼ਾਂ ਉੱਠ ਜਾਣੀਆਂ ਚਾਹੁੰਦਾ। ਇੱਕ ਤਾਂ ਕਲੀਅਰ ਹੈ ਕਿ 2020 ਦਾ ਹੀ ਮਾਮਲਾ ਹੈ ਜਿਸ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਐਫ ਆਈ ਆਰ ਹੋਈ ਸੀ, ਤੇ ਪੁਆਇੰਟ ਨੰਬਰ 2, ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 21 ਲੋਕਾਂ ਦੇ ਖਿਲਾਫ ਐਫ ਆਈ ਆਰ ਹੋਈ ਸੀ, ਕਿ ਰਾਹਤ ਸਿਰਫ ਨਵਦੀਪ ਤੱਕ ਸੀਮਿਤ ਹੈ ਜਾਂ ਬਾਕੀਆਂ ਤੱਕ ਵੀ ਹੋਏਗੀ? ਨਹੀਂ, ਬਿਲਕੁਲ, ਜਿੱਦਾਂ ਮੈਂ ਜ਼ਿਕਰ ਕੀਤਾ ਗੌਰਵ, ਕਿ ਨਵਦੀਪ ਦੀ ਜ਼ਮਾਨਤ ਦਾ ਆਧਾਰ ਵੀ ਇਹ ਬਣਿਆ ਕਿ ਬਾਕੀ ਇਹਦੇ ਵਿੱਚ ਕੁਝ ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ, ਕੁਝ ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ, ਇਸੇ ਕਰਕੇ ਆਧਾਰ ਹੁੰਦਾ ਕਿ ਜਦੋਂ ਬਾਕੀਆਂ ਨੂੰ ਮਿਲੀ ਹੈ। ਮਾਮਲਾ ਇਹ 2020 ਤਾਂ ਨਹੀਂ ਹੈ, ਕਿਉਂਕਿ ਹਾਲੇ ਉਹਦੇ ਵਿੱਚ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਪਾਰਟ 2 ਦੀ ਆਪਾਂ ਗੱਲ ਕਰੀਏ, ਇਹ ਉਹਦਾ ਜੁੜਿਆ ਮਾਮਲਾ ਹੈ। ਚਲੋ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਵਾਟਰ ਕੈਨਨ ਬੁਆਏ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਨਵਦੀਪ, ਉਸ ਨੂੰ ਜ਼ਮਾਨਤ ਮਿਲ ਗਈ ਹਾਈਕੋਰਟ।